लेटेस्ट अपडेट सब तो पहला देखने लई सब्सक्राइब करो चैनल पंजाब ते प्रेस करो बेल आइकन। ਅੰਮ੍ਰਿਤਸਰ ਦੇ ਹਲਕਾ ਮਜੀਠਾ ਚ ਅਕਾਲੀ ਅਤੇ ਕਾਂਗਰਸ ਦੇ ਵਰਕਰਾਂ ਚ ਖੂਨੀ ਝੜਪ ਹੋਈ ਹੈ, ਜਿਸ ਦੌਰਾਨ 4 ਲੋਕ ਜ਼ਖਮੀ ਹੋਏ, ਜਿਨ੍ਹਾਂ ਚ 2 ਨੂੰ ਮਜੀਠਾ ਹਸਪਤਾਲ ਇਲਾਜ ਲਈ ਭੇਜਿਆ ਗਿਆ, ਬਾਕੀਆਂ ਨੂੰ ਕਿਸੇ ਹੋਰ ਹਸਪਤਾਲ ਵਿਚ ਰੈਫਰ ਕੀਤਾ ਗਿਆ। ਇਸ ਮਾਮਲੇ ਚ ਜ਼ਖਮੀ ਹੋਏ ਪੀੜਤ ਵਿਅਕਤੀ ਨੇ ਕਿਹਾ ਕਿ ਚੋਣਾਂ ਚ ਉਨ੍ਹਾਂ ਦੀ ਆਪਸੀ ਕੋਈ ਰੰਜਿਸ਼ ਸੀ ਤੇ ਜਿਸ ਤੋਂ ਬਾਅਦ ਇਹ ਮਾਮਲਾ ਗਰਮਾਇਆ। ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਅਕਾਲੀ ਦਲ ਨਾਲ ਸੰਬੰਧ ਰੱਖਦੇ ਹਾਂ ਤੇ ਦੂਸਰੀ ਧਿਰ ਕਾਂਗਰਸ ਨਾਲ ਸੰਬੰਧ ਰੱਖਦੀ ਹੈ। ਪਾਰਟੀ ਦਾ ਤਾਂ ਲਿੰਕ ਹੈਗਾ ਜੀ, ਪਾਰਟੀ ਦਾ ਸਾਡੀ ਅਕਾਲੀ ਪਾਰਟੀ ਆ ਤੇ ਉਹਨਾਂ ਦੀ ਕਾਂਗਰਸ ਪਾਰਟੀ ਚ। ਹਾਂਜੀ, ਹੁਣ ਅਸੀਂ ਉਹਨੂੰ 2 ਸਾਲ ਅਸੀਂ ਸਰਪੰਚ ਬੁਲਾਉਂਦੇ ਰਹੇ ਆ, ਹੁਣ ਉਹ ਬਣਦਾ ਰਹੇ ਤੇ ਉਹ ਸਾਡੇ ਨਾਲ ਪੰਗੇ ਲੈਂਦਾ ਰਹੇਦਾ, ਕਦੇ ਕਿਸੇ ਗੱਲੋਂ ਕਦੇ ਕਿਸੇ ਗੱਲੋਂ। ਹਾਂਜੀ, ਰਾਤੀ ਫਿਰ ਇਹਦਾ ਸਾਨੂੰ ਉੱਥੇ ਹਸਪਿਟਲ ਤੋਂ ਸਾਨੂੰ ਕਹਿੰਦੇ ਕਿ ਬਾਹਰ ਨਿਕਲੋ, ਬਾਹਰ ਅਸੀਂ ਗਏ ਸੀ ਉਹਨਾਂ ਨੂੰ ਪਰਚਾ ਪੁਰਚਾ ਪੜਾਉਣ ਡਏ ਸੀ, ਮੁੜ ਕੇ ਉਹਦਾ ਮੁਲਾਜ਼ਮਾਂ ਨੇ ਆਖਿਆ ਤੁਸੀਂ ਬਾਹਰ ਨਿਕਲੋ ਸਾਰੇ, ਅਸੀਂ ਤੁਰ ਪਏ। ਮੈਂ ਕਿਹਾ ਚਲੋ ਜੀ ਅਸੀਂ ਬਾਹਰ ਹੋ ਜਾਂਦੇ ਹਾਂ, ਅਤੇ ਅਸੀਂ ਅੱਜ ਥੋੜ੍ਹਾ ਵਿਹੜੇ 'ਚ ਰਹੇ ਹਾਂ ਜਿੱਦਾਂ ਹਸਪਿਟਲ 'ਚ, ਅਤੇ ਨਾ ਫਿਰ ਮਗਰੋਂ 12 ਮੁੰਡਿਆਂ ਨਾਲ ਖਲੋਤੇ ਸੀ, 20-22 ਮੁੰਡੇ, ਕਿਸੇ ਕੋਲ ਟੱਕੂਆ ਹੈਗਾ, ਕਿਸੇ ਕੋਲ ਦਫ਼ਤਰ ਹੈਗਾ ਸੀ, ਕਿਸੇ ਕੋਲ ਕੋ ਹੈਗਾ ਸੀ, ਨਾ ਸਾਡੇ ਤੋਂ ਫਿਰ ਉੱਥੇ ਬਾਹਰ ਕਰਤਾ। ਵੋਟਾਂ ਵੋਟਾਂ ਲੱਗਣ ਵੀ ਹੋਈ ਨਹੀਂ? ਨਹੀਂ, ਵੋਟ ਤਾਂ ਚਲੋ ਪੈ ਗਈ ਸੀ, ਵੋਟ ਦਾ ਗੁੱਸਾ ਇਹਨਾਂ ਫਿਰ ਹੁਣ ਸਾਡੇ ਨਾਲ ਕੱਟਣ ਡਏ। ਹਾਂਜੀ, ਵੋਟਾਂ ਨਾ ਪਾਉਣ ਕਰਕੇ ਰੰਜਿਸ਼ ਕੱਟੀ? ਵੋਟਾਂ ਨਾ ਪਾਉਣ ਕਰਕੇ। ਹਾਂਜੀ, ਲੜਾਈ 'ਚ ਇਹਦਾ ਮਨੋਰ ਉਹਦਾ ਮੁੰਡਾ, ਉਹਦੇ ਘਰ ਦੇ, ਉਹਦੇ ਭਣੇਵੇਂ, ਕਿੰਨੇ ਜਾਣੇ ਸੀ ਟੋਟਲ? ਟੋਟਲ 8-10 ਜੀ ਘਰ ਦੇ ਆ ਗਏ ਸੀ, 12-14 ਮੁੰਡੇ ਬਾਹਰ ਦੇ ਮੈਨੇ ਸੱਦੇ ਆ। ਹਥਿਆਰ ਕਿਹੜੇ ਸੀ ਉਹਨਾਂ ਕੋਲ? ਹਥਿਆਰ ਦਫ਼ਤਰ ਸੀ, ਛੋਟੇ ਸੀ। ਹਾਂਜੀ, ਜਾਨੋ ਮਾਰਨ ਨਹੀਂ ਦਿੰਦੇ? ਜਾਨੋ ਮਾਰਨ ਵਾਲੀ ਗੱਲ ਹੋਈ ਤੇ ਪੁਲਿਸ ਨੇ ਫਿਰ ਥਾਣੇ ਉਹਨਾਂ ਫੋਨ ਕੀਤਾ, ਦਵਾ ਦਵ ਤੋਂ ਦੂਜੇ ਫਿਰ ਭੱਜੋ ਲੱਠੀ ਕੀਤੀ, 15-20 ਜਿਹੜੇ ਆਏ ਤੇ ਫਿਰ ਉਹ ਸਾਡੇ ਕਿੰਨੇ ਬੰਦੇ ਜ਼ਖਮੀ ਆਏ ਜੀ? ਸਾਡੇ ਹੁਣ ਜੀ 5 ਹੈ। ਮੰਗ ਤੇ ਸਾਨੂੰ ਇਹੋ ਹੀ ਆ ਜੀ, ਇਨਸਾਫ਼ ਤਾਂ ਹੋਣਾ ਚਾਹੀਦਾ। ਹਾਂਜੀ, ਇਨਸਾਫ਼ ਇਹੋ ਕਿ ਹੁਣ ਥੋੜਾ ਜਿਹਾ ਰੋਜ਼ ਸਾਨੂੰ ਸਾਡੇ ਤੋਂ ਬਾਹਰ ਕਰੀ ਜਾਣ, ਮਾਰੀ ਜਾਣ। ਹਾਂਜੀ, ਅੱਗੇ ਤੋਂ ਵੀ ਜਾਣ ਤੋਂ ਖਤਰਾ? ਆਹੋ, ਤਾਂ ਖਤਰਾ ਹੀ ਆ ਜੀ, ਜੇ ਇੰਨਾ ਇੰਨਾ ਕਰ ਸਕਦੇ ਤੇ ਗਾਹ ਵੀ ਕਰ ਸਕਦੇ। ਹਾਂਜੀ, ਉੱਥੇ ਪੁਲਿਸ ਅਧਿਕਾਰੀ ਦਾ ਕਹਿਣਾ ਕਿ ਇਹਨਾਂ ਦੀ ਆਪਸੀ ਤਕਰਾਰ ਨੂੰ ਲੈ ਕੇ ਇਹ ਝਗੜਾ ਹੋਇਆ, ਜਿਸ ਦੌਰਾਨ ਉਹਨਾਂ ਹਸਪਤਾਲ ਦਾਖਲ ਕਰਵਾਇਆ ਗਿਆ, ਪਰ ਹਸਪਤਾਲ ਵਿੱਚ ਵੀ ਇਹਨਾਂ ਵੱਲੋਂ ਹੰਗਾਮਾ ਕੀਤਾ ਤੇ ਇੱਥੇ ਵੀ ਇਹਨਾਂ ਦੀ ਲੜਾਈ ਹੋਈ, ਜਿਸ ਕਰਕੇ ਇਹਨਾਂ ਨੂੰ ਵੱਖੋ ਵੱਖ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ, ਬਾਕੀ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਕੀ ਮਾਮਲਾ ਜੀ ਇਹਨਾਂ ਦਾ? ਗੱਲਵਾਲੀ ਦੇ ਨਾਲ ਇੱਕ ਪਿੰਡ ਖੁੱਲ੍ਹਿਆ ਜੀ, ਉੱਥੇ ਕੱਲ੍ਹ 2 ਪਾਰਟੀਆਂ ਦਾ ਆਪਸ ਦੇ ਵਿੱਚ ਕਿਸੇ ਮਾਮੂਲੀ ਗੱਲ ਨੂੰ ਲੈ ਕੇ ਮਿੱਟੀ ਪੁੱਟੂ ਤੋਂ ਤਕਰਾਰ ਹੋਇਆ ਸੀ, ਇਹਦੇ ਵਿੱਚ ਆਪਸ ਵਿੱਚ ਉਲਝ ਪਏ ਅਤੇ ਇੱਕ ਦੂਸਰੇ ਨੂੰ ਇਹਨਾਂ ਨੇ ਜਿਹੜੀਆਂ ਉਹ ਸੱਟਾਂ ਮਾਰੀਆਂ, ਅਤੇ ਬਾਅਦ ਵਿੱਚ ਜਦੋਂ ਮਜੀਠਾ ਹਸਪਤਾਲ ਇਲਾਜ ਕਰਾਉਣ ਲਿਆਏ ਤਾਂ ਉੱਥੇ ਫਿਰ ਆਪਸ ਵਿੱਚ ਲੜ ਪਏ। ਸਾਰੇ ਕੋਈ ਥਾਣੇ ਤਲਾਹ ਆਉਣ 'ਤੇ ਉੱਥੇ ਪੁਲਿਸ ਭੇਜੀ ਸੀ, ਜਿਹਨਾਂ ਨੇ ਇਹਨਾਂ ਨੂੰ ਖੰਡਾਇਆ ਅਤੇ ਡਾਕਟਰਾਂ ਨੇ ਕੁਛ ਦਾ ਇਲਾਜ ਉੱਥੇ ਕੀਤਾ ਅਤੇ ਕੁਛ ਨੂੰ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਰੈਫਰ ਕਰ ਦਿੱਤਾ। ਅਸੀਂ ਦੋਨਾਂ ਪਾਰਟੀਆਂ ਦੇ ਬਿਆਨ ਹਾਸਲ ਕਰ ਰਹੇ ਹਾਂ ਅਤੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਵੈਰੀਫਿਕੇਸ਼ਨ ਕਰਨ ਤੋਂ ਬਾਅਦ ਜਿਹੜੀ ਅਸੀਂ ਕਰ ਰਹੇ ਹਾਂ। ਸਰ, ਪਾਰਟੀ ਬਾਜੀ ਦਾ ਵੀ ਸਰ ਕੋਈ ਦੱਸਣ ਡੇ ਕਿ ਮਤਲਬ ਕੋਈ ਵੋਟਾਂ ਦਾ ਵਾਟਾਂ ਦਾ ਵੀ ਚੱਕਰ ਹੈਗਾ? ਨਹੀਂ, ਵੋਟਾਂ ਦਾ ਦੇ ਵਿੱਚ ਕੋਈ ਮਸਲਾ ਨਹੀਂ, ਨਾ ਹੀ ਕੋਈ ਵੋਟਾਂ ਵਾਲੀ ਗੱਲ ਤੋਂ ਲੜਾਈ ਹੋਈ ਆ, ਬਿਲਕੁਲ ਵੋਟਾਂ ਵਾਲੇ ਦਿਨ ਪਿੰਡ ਵਿੱਚ ਅਮਨ ਸ਼ਾਂਤੀ ਰਹੀ ਆ। ਠੀਕ ਹੈ, ਇਹ ਸਿਰਫ ਲੋਕਾਂ ਦੀ ਆਪਸੀ ਲੜਾਈ ਝਗੜਾਈ ਆ ਜਿਹਨੂੰ ਤੁਹਾਡੇ ਵਰਗਾ ਨਾ ਦਿੱਤਾ ਜਾ ਰਿਹਾ, ਇੱਕ ਧਿਰ ਆਪਣੇ ਆਪ ਨੂੰ ਅਕਾਲੀ ਅਖਬਾਰ ਕਾਂਗਰਸੀ ਪਾ ਰਹੀ ਆ, ਪਰ ਇਹਦੇ ਵਿੱਚ ਰਾਜਸੀ ਦਖਲਦਾਰੀ ਕਿਸੇ ਧਿਰ ਦੇ ਲਈ ਕੋਈ। ਸਰ, ਜਿਹੜੀ ਤੁਸੀਂ ਮੁੱਢਲੀ ਤੁਸੀਂ ਛਾਣਬੀਣ ਕੀਤੀ ਉਹ 'ਚ ਤੁਹਾਨੂੰ ਕੀ ਸਮਝ ਲੱਗੀ ਆ ਵੀ ਇਹ ਜਿਹੜਾ ਝਗੜਾ ਵਾ ਦੀ ਅਸਲ ਵਜ੍ਹਾ ਕੀ ਰਹੀ ਆ ਤੁਹਾਨੂੰ ਲੱਗਾ? ਅਸਲ ਵਜ੍ਹਾ ਕੋਈ ਨਹੀਂ, ਕੋਈ ਇੱਕ ਬੰਦਾ ਪਿੰਡ ਨੂੰ ਜਾ ਰਿਹਾ ਸੀ ਆਪਣੀ ਦੁਕਾਨ ਬੰਦ ਕਰਕੇ, ਦੂਸਰੀ ਧਿਰ ਦੇ ਬੰਦੇ ਨੂੰ ਉਹਨੇ ਕਿਹਾ ਸਾਡੀ ਜ਼ਮੀਨ ਵਿੱਚ ਮਿੱਟੀ ਕਿਉਂ ਪੁੱਟ ਰਹੇ ਹੋ, ਇਸ ਗੱਲ 'ਤੇ ਉਹਨਾਂ ਦੀ ਆਪਸ ਵਿੱਚ ਤਕਰਾਰਬਾਜ਼ੀ ਹੋ ਗਈ ਆ, ਉੱਥੇ ਦੋਨਾਂ ਧਿਰਾਂ ਦੇ ਲੋਕ ਇਕੱਠੇ ਹੋ ਗਏ ਅਤੇ ਆਪਸ ਵਿੱਚ ਉਲਝ ਪਏ।
ਠੀਕ ਹੈ ਸਰ, ਅਤੇ ਇਹਦੇ 'ਚ ਹੁਣ ਕਾਰਵਾਈ ਕੀ ਕੀ ਕੀਤੀ ਹੈ, ਇਹਦੇ ਵਿੱਚ ਕੋਈ ਮਤਲਬ ਤੁਸੀਂ ਦਰਜ ਕੀਤਾ ਕੋਈ ਕਾਰਵਾਈ? ਅਸੀਂ ਦੋਨਾਂ ਧਿਰਾਂ ਦੇ ਬਿਆਨ ਹਾਸਲ ਕਰਕੇ ਜੋ ਵੀ ਸਾਡੀ ਕਲਾ ਦੇ ਮੁਤਾਬਕ ਉਹਨਾਂ ਦੇ ਬਿਆਨਾਂ ਮੁਤਾਬਕ ਹੈਗੀ ਆ ਕਾਰਵਾਈ ਕਰ ਦਿਓ। ਸਰ ਉਹ ਕਹਿੰਦੇ ਕਿ ਸਾਡੇ ਘਰ ਆਉਣਗੇ ਬੰਦੇ ਵੱਡੇ ਆ ਜੀ ਸਰ, ਉਹ ਜਿਹੜੇ ਬੰਦੇ ਹੁਣ ਫਿਰ ਉਹਨਾਂ ਨੇ ਘਰ ਗਾੜੀ ਜਿਹੜਾ ਘਰ ਘੇੜਿਆ ਵਾ। ਨਹੀਂ ਜੀ ਨਹੀਂ ਕੋਈ ਗੱਲ ਨਹੀਂ, ਇੱਦਾਂ ਦੀ ਘਰ ਨਹੀਂ ਮਾਰੇ, ਰਸਤੇ ਵਿੱਚ ਝਗੜਾ ਹੋਇਆ ਸੀਗਾ ਅਤੇ ਬਾਅਦ ਵਿੱਚ ਹਸਪਤਾਲ ਵਿੱਚ ਝਗੜਾ ਹੋਇਆ। ਬੇਸ਼ੱਕ ਚੋਣਾਂ ਦਾ ਸਾਰਾ ਸਿਲਸਿਲਾ ਖਤਮ ਹੋ ਗਿਆ, ਪਰ ਫਿਰ ਵੀ ਅਕਾਲੀ ਤੇ ਕਾਂਗਰਸ ਦੀ ਆਪਸੀ ਖੂਨੀ ਝੜਪ ਦੇ ਮਾਮਲੇ ਹਲੇ ਵੀ ਨਹੀਂ ਰੁਕ ਰਹੇ। ਅੰਮ੍ਰਿਤਸਰ ਤੋਂ ਸ਼ਮਸ਼ੇਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ। ਸਾਡੀ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਵੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ। ਇਟਸ ਕੂਲ